ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਕਾਰਤਿਕ ਸਿੰਘ ਵਿੱਚ। ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ, ਜਿਹਦੇ ਵਿੱਚ ਦੱਸਾਂ ਕਿ ਆਪਾਂ ਇਫਕੋ ਕੰਪਨੀ ਵਿੱਚ ਇਨਸੋਰਸ ਠੱਲ ਪਾਲੀ ਰਿਸੋਰਸ ਕਿੱਦਾਂ ਲਾਈਕ ਕਰ ਸਕਦੇ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ ਸ਼ੁਰੂ। ਸਭ ਤੋਂ ਪਹਿਲਾਂ ਤੁਸੀਂ ਆਪਣਾ ਡਿਜੀਟਲ ਸੇਵਾ ਪੋਰਟਲ ਨਾਲ ਲੌਗਇਨ ਹੋ ਜਾਣਾ। ਲੌਗਇਨ ਹੋਣ ਤੋਂ ਬਾਅਦ ਤੁਸੀਂ ਇੱਥੇ ਵੇਖ ਸਕਦੇ ਇਫਕੋ ਮੋਟਰ ਠੱਲ ਪਾਲੀ ਯੂ ਆਉਂਦੀ ਹੈ, ਇੱਥੇ ਆਪਾਂ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਇਹ ਆਪਣੇ ਡਿਜੀਟਲ ਸੇਵਾ ਪੋਰਟਲ ਨਾਲ ਆਪਾਂ ਕਨੈਕਟ ਕਰ ਲੈਣਾ। ਕਨੈਕਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਟੂ ਮੋਟਰ ਠੱਲ ਪਾਲਟੀ ਵਹੀਕਲ, ਇੱਥੇ ਕਰਾਂਗੇ ਅਦਰ ਕੰਪਨੀ, ਠੀਕ ਹੈ ਜੀ। ਇੱਥੇ ਕਰਨ ਤੋਂ ਬਾਅਦ ਤੁਸੀਂ ਆਪਾਂ ਜੀਅਰ ਸਿਲੈਕਟ ਕਰਨਾ, ਕਿਹੜੀ ਜਿਹੜੀ ਕੰਪ ਜਿਹੜਾ ਵੀ ਤੁਹਾਡਾ ਜੀਅਰ ਹੋਊਗਾ ਉਹ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਪਾਂ ਆਪਣੀ ਸਟੇਟ ਸਿਲੈਕਟ ਕਰਨੀ ਹੈ, ਠੀਕ ਹੈ ਜੀ। ਸਟੇਟ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਪਾਂ ਰਜਿਸਟ੍ਰੇਸ਼ਨ ਡੇਟ ਪਾਵਾਂਗੇ, ਠੀਕ ਹੈ ਜੀ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ, ਠੀਕ ਹੈ ਜੀ। ਹੁਣ ਆਪਾਂ ਇੱਥੇ ਡਿਸਟ੍ਰਿਕਟ ਪਾਵਾਂਗੇ, ਕਿਹੜੇ ਡਿਸਟ੍ਰਿਕਟ ਦੇ ਰਜਿਸਟ੍ਰੇਸ਼ਨ ਹੈ, ਠੀਕ ਹੈ ਜੀ। ਉਹ ਤੋਂ ਪਾਉਣ ਤੋਂ ਬਾਅਦ ਆਪਾਂ ਮੋਡਲ ਸਿਲੈਕਟ ਕਰਾਂਗੇ, ਕਿਹੜੀ ਮੈਨੂਫੈਕਚਰਿੰਗ ਸਿਲੈਕਟ ਕਰਾਂਗੇ, ਕਿਹੜੀ ਕੰਪਨੀ ਦੀ ਮੈਨੂਫੈਕਚਰਿੰਗ ਹੋਈ ਹੈ, ਮੈਨੂਫੈਕਚਰਿੰਗ ਹੈ, ਠੀਕ ਹੈ ਜੀ। ਮੈਨੂਫੈਕਚਰਿੰਗ ਕਰਨ ਤੋਂ ਬਾਅਦ ਮੋਡਲ ਸਿਲੈਕਟ ਕਰਾਂਗੇ, ਕਿਹੜਾ ਮੋਡਲ ਹੈ ਆਪਣਾ। ਮੋਡਲ ਸਿਲੈਕਟ ਕਰਨ ਤੋਂ ਬਾਅਦ ਸਿਲੈਕਟ ਵਰਾਇਟੀ, ਠੀਕ ਹੈ ਜੀ। ਇੱਥੇ ਆਪਾਂ ਆਪਣੀ ਵਰਾਇਟੀ ਸਿਲੈਕਟ ਕਰਨ ਤੋਂ ਬਾਅਦ ਮੋਬਾਈਲ ਨੰਬਰ ਪਾਵਾਂਗੇ, ਠੀਕ ਹੈ। ਮੋਬਾਈਲ ਨੰਬਰ ਪਾਉਣ ਤੋਂ ਬਾਅਦ ਆਪਾਂ ਇੱਥੇ ਲਾਸਟ ਥੋੜ੍ਹੇ ਕੁ ਆਪਾਂ ਦਿਨਾਂ ਦੀ ਆਪਾਂ ਪਾ ਦਿੰਦੇ ਹਾਂ, ਜਿੱਦਾਂ ਇੱਕ 'ਤੇ ਪਾ ਕੇ ਕੰਟੀਨਿਊ ਪ੍ਰੀਮੀਅਮ ਪਾਵਾਂਗੇ। ਕਰਨ ਤੋਂ ਬਾਅਦ ਆਪਣੇ 828 ਰੁਪਈਆ ਹੁੰਦਾ ਅੱਜ ਪ੍ਰੋਸੀਡ ਕਰਨ ਤੋਂ ਬਾਅਦ ਇੱਥੇ ਆਪਾਂ ਪਾਵਾਂਗੇ ਨੋ ਕਰਨ ਬਾਅਦ ਕੈਲਕੂਲੇਟ ਤੋਂ ਪ੍ਰੀਮੀਅਮ, ਠੀਕ। ਸਭ ਤੋਂ ਪਹਿਲਾਂ ਆਪਾਂ ਇੱਥੇ ਕੈਸੀ ਨੰਬਰ ਪਾਵਾਂਗੇ, ਠੀਕ ਹੈ ਜੀ। ਕੈਸੀ ਨੰਬਰ ਈਮੇਲ ਨੰਬਰ ਪਾਉਣ ਤੋਂ ਬਾਅਦ ਠੀਕ ਹੈ ਜੀ, ਇੱਥੇ ਪਾਵਾਂਗੇ ਰਜਿਸਟ੍ਰੇਸ਼ਨ ਨੰਬਰ। ਰਜਿਸਟ੍ਰੇਸ਼ਨ ਨੰਬਰ ਪਾਉਣ ਤੋਂ ਬਾਅਦ ਕੈਲਕੂਲੇਟ ਪ੍ਰੀਮੀਅਮ, ਓਕੇ। ਹਾਂਜੀ, ਇੱਥੇ ਆਪਾਂ ਨੋ ਕਰਾਂਗੇ, ਠੀਕ ਹੈ ਜੀ। ਸਾਡੇ ਬਣੀਏ 800 ਦੇ ਜਿਹਨਾਂ ਨੇ ਆਪਣੀ ਸੋਰਸ ਕੱਢ ਦਿੰਦੇ ਆ ਉਹ ਆ ਗਈ, ਠੀਕ ਹੈ ਜੀ। ਇੱਥੇ ਪਾਵਾਂਗੇ ਨੇਮ ਐਡਰੈਸ ਸਾਰਾ ਕੁਛ ਪਾਉਣ ਤੋਂ ਬਾਅਦ, ਠੀਕ ਹੈ ਜੀ, ਕੋਈ ਗੱਲ ਨਾ ਪਾਵਾਂਗੇ, ਠੀਕ ਹੈ ਜੀ। ਲਾਸਟ ਨੇਮ ਪਾਵਾਂਗੇ, ਠੀਕ ਹੈ। ਲਾਸਟ ਨੇਮ ਪਾਉਣ ਤੋਂ ਬਾਅਦ ਆਪਾਂ ਇਹਨਾਂ ਦਾ ਐਡਰੈਸ ਪਾਵਾਂਗੇ, ਠੀਕ ਹੈ ਜੀ। ਠੀਕ ਹੈ, ਐਡਰੈਸ ਪਾਉਣ ਤੋਂ ਬਾਅਦ ਟਾਊਨ ਤਰਨ ਤਾਰਨ ਆਪਾਂ ਤਾਂ ਉਹਨਾਂ ਨੇ ਸਿਲੈਕਟ ਕਰਨਾ ਕਿ ਕਿਹੜੇ ਪਿੰਡ ਦੇ ਤਰਨ ਤਾਰਨ ਦੀ ਪਾਵਾਂਗੇ, ਠੀਕ ਹੈ ਜੀ। ਪਾਉਣ ਤੋਂ ਬਾਅਦ ਆਪਾਂ ਕਰਾਂਗੇ ਪ੍ਰੋਸੀਡ, ਪ੍ਰੋਸੀਡ ਕਰਨ ਤੋਂ ਬਾਅਦ ਆਪਾਂ ਬਾਏ ਔਨਲਾਈਨ ਕਲਿੱਕ ਕਰਾਂਗੇ। ਔਨਲਾਈਨ ਕਲਿੱਕ ਕਰਨ ਤੋਂ ਬਾਅਦ ਆਪਣੀ ਪੋਲਿਸੀ ਜਨਰੇਟ ਹੋ ਜੂਗੀ, ਆਪਾਂ ਆਪਣੀ ਡਿਜੀਟਲ ਸੇਵਾ ਪੋਰਟਲ ਨਾਲ ਇਹਨੂੰ ਪੇਮੈਂਟ ਕਰ ਦੇਣੀ ਹੈ। ਪੇਮੈਂਟ ਕਰਨ ਤੋਂ ਬਾਅਦ ਤਾਂ ਆਪਣੀ ਪੋਲਿਸੀ ਡਾਕ ਜੂਗੀ। ਥੈਂਕ ਯੂ ਫੋਰ ਵਾਚਿੰਗ ਵੀਡੀਓ, ਥੈਂਕ ਯੂ।